करप्शन दे विच पहले दिन तो विजय सिंगला जी दे मुद्दे तो लैके जिहड़े सिहत मंत्री सी उस तो बाद जिन्ने भी इन्हां दे कैबिनेट मंत्री होए तां हुण रीसेंटली मुद्दा होया सीगा बीबी मानू केजरीवाला तां उत्थे भी सरकार है जिहड़ी लोकां नूं जिहड़ी गुमराह करदी नजर आई है। हुण तक आम आदमी पार्टी या पंजाब गवर्नमेंट ने ना तां कोई इदां दा अहम फैसला लिया ना ही कोई इदां दे बिग चेंजेस वाला जिहड़ा फैसला लिया। जिन्हें भी इन्होंने फैसले लैण की कोशिश की है वो सारे इन्हों स्टैप बैक करने पे ने वापस लेने पे ने। यह हुण थोड़ी सिस्टमैटिकली एक धार्मिक भावना से हमला तो मैं फिर उन्होंने लोगों को कहना चाहना भी इस डेढ़ साल की कारगुजारी मद्देनजर रखते हुए सरकार का विरोध तो हक के खड़ना शुरू करो ना कि आप अन्या की तरह वो हक के जो खड़ते जाइए अगे तो अगे। तो इसे तरीके मैं पंजाब के लोगों को भी वॉर्न या अवेयर करना चाहता है भी जे तुसी 92 सीटा देती या भगवंत मान को जिताता तो हुण भगवंत मान का जो कहना होंगे ना हरा पेन उ काफ़ी है पंजाब नू बेचण लई पंजाब दे हक च या उहदे विरोध च फैसले लैण लई। तां इस करके सानू अवेयर होना पैना सानू जागरूक होना पैना सानू सरकार की जिहड़ी कारगुजारी है उहदे ते अख रखनी पैनी है। सत श्री अकाल सारे मैं राणा हरसिमरनजीत ऑकलैंड न्यूजीलैंड तो एक बार फिर एक लंबे वक्फे तो बाद तुहाडे नाल फिर एक प्रोग्राम की सांझ पाउण लई हुण शुरुआत करन जा रहे हैं दोस्तों। तो अज का प्रोग्राम है जिहड़ा एक इंट्रो दे नाल नाल एक विशेष यानी कि जो अपने प्रोग्राम का मुद्दा या अपने विजन है भी यानी कि पोलीटिकल ते सोशली लोकां बारे गल करनी अपने समाज बारे गल करनी ते राजनीति बारे गल करनी उस ते आधारित रहूगा थोड़ा जा। ते इस प्रोग्राम नूं तुसीं हर हफ्ते हफ्तावारी रेडियो स्पाइस ऑन एयर दे उत्ते रेडियो स्पाइस फेसबुक पेज उत्ते ते या कीवी टीवी दे वैब चैनल उत्ते जिहड़े देख सुन सकोगे दोस्तों। तां दोस्तों अज आपां गल करदे आ रीयल ओपोजिशन जिवें तुसीं इंट्रो दे विच सुणिया ही होणा ਤਾਂ ਪਹਿਲਾਂ ਵੀ ਪਿਛਲੇ ਚੋਣਾਂ ਦੇ ਸਮੇਂ ਵੀ ਲਾਸਟ ਈਅਰ ਵੀ ਆਪਾਂ ਨੇ ਆਪਣੇ ਬੋਲਾਂ ਦੇ ਨਾਲ ਆਪਣੀ ਸੋਚ ਦੇ ਨਾਲ ਨਿਊਜ਼ੀਲੈਂਡ ਔਕਲੈਂਡ ਤੋਂ ਪੰਜਾਬ ਦੇ ਸਮਾਜ ਦੇ ਵਿੱਚ ਉੱਥੇ ਦੀ ਰਾਜਨੀਤੀ ਦੇ ਵਿੱਚ ਜੋ ਫੇਰ ਬਦਲ ਜੋ ਇੱਕ ਸਿਆਸਤਦਾਨਾਂ ਵੱਲੋਂ ਸਿਆਸਤ ਜਾਂ ਇੱਕ ਖੇਡ ਖੇਡੀ ਜਾਂਦੀ ਸੀ ਉਸ ਦੇ ਬਾਬਤ ਆਪਾਂ ਜਿਹੜੀ ਚਰਚਾ ਉਹ ਕਰਦੇ ਜਾ ਰਹੇ ਸੀਗੇ। ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਸਾਡਾ ਮਕਸਦ ਕੋਈ ਤੁਹਾਨੂੰ ਖਬਰਾਂ ਸੁਣਾਉਣਾ ਨਹੀਂ ਹੈਗਾ ਜਾਂ ਕਿਸੇ ਵੀ ਪਾਰਟੀ ਦੀ ਵਿਰੋਧ ਤਾਂ ਕਰਨਾ ਨਹੀਂ ਹੈਗਾ ਪਰ ਹਾਂ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ ਵੀ ਜਿਹੜੀ ਇੱਥੇ ਗੱਲ ਹੋਊਗੀ ਉਹ ਸੱਤਾਧਾਰੀ ਪਾਰਟੀ ਦੇ ਬਾਬਤ ਉਹਨਾਂ ਦੇ ਵਿਰੋਧ ਦੇ ਵਿੱਚ ਜਾਂ ਉਹਨਾਂ ਦੇ ਹੱਕ ਵਿੱਚ ਹੋ ਸਕਦੀ ਹੈ ਕਿਉਂ ਕਿਉਂਕਿ ਉਹ ਮੌਜੂਦਾ ਸਰਕਾਰ ਦੇ ਵਿੱਚ ਨੇ ਗਵਰਨੈਂਸ ਦੇ ਵਿੱਚ ਨੇ। ਤਾਂ ਇੱਥੇ ਮੈਂ ਇੱਕ ਸਪਸ਼ਟ ਕਰ ਦੇਵਾਂ ਵੀ ਉਹਨਾਂ ਨਾਲ ਸਾਡੀ ਕੋਈ ਨਾ ਤਾਂ ਕੋਈ ਨਿੱਜੀ ਕੋਈ ਲਾਗਡਾਟ ਹੈ ਜਾਂ ਭਗਵੰਤ ਮਾਨ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਵੀ ਤਾਂ ਬਟ ਉਹ ਇੱਕ ਮੌਜੂਦਾ ਪੰਜਾਬ ਦੀ ਗਵਰਨਮੈਂਟ ਹੈ ਉਸ ਦੇ ਨਾਲ ਹੀ ਸਾਡੇ ਸਵਾਲ ਜਵਾਬ ਹੋਣਗੇ ਉਹਨਾਂ ਦੇ ਹੀ ਫੈਸਲਿਆਂ ਦੇ ਉੱਤੇ ਕੰਮਾਂ ਦੇ ਉੱਤੇ ਸਾਡੇ ਕਟਾਕਸ਼ ਹੋਇਆ ਕਰਨਗੇ ਜਾਂ ਸਵਾਲ ਹੋਇਆ ਕਰਨਗੇ। ਹਾਂ ਕਿਤੇ ਕੋਈ ਵੀ ਜਿਹੜੀ ਹੋਰ ਪਾਰਟੀ ਜਾਂ ਹੋਰ ਪਾਰਟੀ ਦਾ ਨੁਮਾਇੰਦਾ ਜਾਂ ਆਮ ਲੋਕ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਕਰਦੇ ਆ ਤਾਂ ਆਪਾਂ ਉਹਨਾਂ ਦੇ ਪੱਖ ਦੀ ਗੱਲ ਜਾਂ ਸਰਕਾਰ ਦੇ ਪੱਖ ਦਾ ਵੀ ਇੱਕ ਸਹੀ ਪੜਚੋਲ ਕਰਨ ਦੀ ਹੈ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਚੀਜ਼ ਦੀ ਜ਼ਰੂਰਤ ਦੋਸਤੋ ਅੱਜ ਇਹ ਆ ਵੀ ਇੱਕ ਸੋਸ਼ਲ ਮੀਡੀਆ ਵੀ ਆਲਰੇਡੀ ਇੱਕ ਕੈਪਚਰਡ ਹੋ ਚੁੱਕਿਆ ਇਸ ਟਾਈਮ ਦੇ ਵਿੱਚ ਜਾਂ ਜੇ ਕੋਈ ਸੱਚੀ ਗੱਲ ਕਰਨੀ ਚਾਹੁੰਦਾ ਜਾਂ ਕੋਈ ਕਲੀਅਰ ਗੱਲ ਕਰਨੀ ਚਾਹੁੰਦਾ ਜਾਂ ਸਰਕਾਰ ਦੇ ਕੰਮਾਂ ਦੇ ਉੱਤੇ ਉਹਦੇ ਕੀਤੇ ਫੈਸਲਿਆਂ ਦੇ ਉੱਤੇ ਜਾਂ ਜੋ ਉਹ ਡੇਲੀ ਰੂਟੀਨ ਦੇ ਵਿੱਚ ਕਰ ਰਹੇ ਨੇ ਉਹਦੇ ਉੱਤੇ ਜੇ ਸਵਾਲ ਚੱਕਦਾ ਤਾਂ ਇੱਕ ਪੋਲੀਟੀਕਲ ਟੈਰਰਿਜ਼ਮ ਨਾਮ ਦੀ ਚੀਜ਼ ਆ ਜਿਹੜੀ ਉਸ ਆਵਾਜ਼ ਨੂੰ ਦੱਬਣ ਦੀ ਹਰ ਦਿਨ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਹੋਵੇ ਚਾਹੇ ਉਹ ਆਮ ਲੋਕਾਂ ਦੀ ਆਵਾਜ਼ ਹੋਵੇ। ਤਾਂ ਇਸ ਦੇ ਡਰ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇੱਕ ਆਵਾਜ਼ ਨੂੰ ਕੁਚਲਿਆ ਜਾ ਰਿਹਾ। ਇਸ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਇਹ ਕੋਈ ਇਕੱਲੀ ਪੰਜਾਬ ਸਰਕਾਰ ਦਾ ਨਹੀਂ ਹੈਗਾ ਇਹ ਇੱਕ ਸੈਂਟਰ ਸਰਕਾਰ ਦਾ ਵੀ ਜਿਹਦੇ ਨਾਮ ਦਾ ਇੱਕ ਗੋਦੀ ਮੀਡੀਆ ਨਾਮ ਦੀ ਇੱਕ ਪ੍ਰਜਾਤੀ ਹੈ ਇੱਕ ਸਿਸਟਮ ਸੀਗਾ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਸੀ ਉਹ ਉਸੇ ਦੀ ਹੀ ਦੇਣ ਸੀਗੀ। ਤਾਂ ਇਸੇ ਤਰੀਕੇ ਪੰਜਾਬ ਦੇ ਵਿੱਚ ਵੀ ਕੁਛ ਘਟਨਾਵਾਂ ਇੱਦਾਂ ਦੀਆਂ ਜਿਹੜੀਆਂ ਇਸ ਟਾਈਮ ਵਰਤ ਰਹੀਆਂ ਨੇ ਤਾਂ ਉਹਨਾਂ ਦੇ ਬਾਬਤ ਆਪਾਂ ਨਿਊਜ਼ੀਲੈਂਡ ਔਕਲੈਂਡ ਤੋਂ ਆਪਣੀ ਆਵਾਜ਼ ਹੈ ਜਿਹੜੀ ਉਹ ਇਸ ਪਲੇਟਫਾਰਮ ਦੇ ਰਾਹੀਂ ਆਪਣੀ ਬੁਲੰਦ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਪੰਜਾਬ ਦੇ ਹੱਕ ਦੇ ਵਿੱਚ ਹਾਂ ਨਾਰਾ ਮਾਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਦੋਸਤੋ ਅੱਜ ਦੀ ਜਿਹੜੀ ਮੇਰੀ ਟਾਕ ਦਾ ਮੁੱਖ ਵਿਸ਼ਾ ਉਹ ਹੈਗੀ ਆ ਓਪੋਜੀਸ਼ਨ ਰੀਅਲ ਓਪੋਜੀਸ਼ਨ ਅੱਜ ਦੇ ਪ੍ਰੋਗਰਾਮ ਨੂੰ ਇੰਟਰੋ ਦੇ ਨਾਲ ਆਪਾਂ ਨਾਮ ਦਿੱਤਾ ਤਾਂ ਕਿ ਇਸ ਚੀਜ਼ ਨੂੰ ਆਪਾਂ ਸਮਝ ਸਕੀਏ ਵੀ ਓਪੋਜੀਸ਼ਨ ਕੀ ਆ ਓਪੋਜੀਸ਼ਨ ਦਾ ਰੋਲ ਕੀ ਹੁੰਦਾ ਤੇ ਅੱਜ ਓਪੋਜੀਸ਼ਨ ਦੀ ਜਿਹੜੀ ਪਾਰਟੀ ਹੈ ਜਾਂ ਜਿਹੜੀ ਵਿਰੋਧੀ ਧਿਰ ਹੈ ਉਹਦੀ ਸਥਿਤੀ ਕੀ ਆ। ਤਾਂ ਦੋਸਤੋ ਇਹ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਇਹ ਇੱਕ ਪੁਰਾਣੇ ਪਿਛਲੇ 10 ਸਾਲਾਂ ਤੋਂ
ਜਦੋਂ ਦੀ ਬੀਜੇਪੀ ਗਵਰਨਮੈਂਟ ਸੈਂਟਰ ਦੇ ਵਿੱਚ ਆਈ ਆ ਤਾਂ ਉਦੋਂ ਦਾ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਕੰਮ ਕੀਤਾ ਜਾ ਰਿਹਾ ਜਿਹਦੇ ਵਿੱਚ ਲੋਕਾਂ ਦੀ ਅੱਖਾਂ ਤੇ ਕੰਨਾਂ ਦੀ ਖੁਰਾਕ ਨੂੰ ਬਦਲ ਕੇ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕੈਪਚਰ ਕੀਤਾ ਗਿਆ, ਉਹਨਾਂ ਨੂੰ ਫੀਡ ਗਲਤ ਕੀਤਾ ਜਾਂਦਾ ਤੇ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਜਿਹੜੀ ਛਵੀ ਹੈ ਛਾਪ ਹੈ ਉਹਨੂੰ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ ਦੇ ਵਿੱਚੋਂ ਲੋਕਾਂ ਦੇ ਅੱਖਾਂ ਦੇ ਵਿੱਚੋਂ ਮਿਟਾਇਆ ਜਾ ਰਿਹਾ। ਤਾਂ ਵਿਰੋਧੀ ਧਿਰ ਨੂੰ ਵੀ ਤੁਸੀਂ ਇਹ ਨਾ ਸਮਝ ਲਿਓ ਵੀ ਸੈਂਟਰ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਹੈ ਜਾਂ ਪੰਜਾਬ ਦੇ ਵਿੱਚ ਵੀ ਵਿਰੋਧੀ ਧਿਰ ਕਾਂਗਰਸ ਹੈ। ਵਿਰੋਧੀ ਧਿਰ ਪਹਿਲਾਂ ਬੀਜੇਪੀ ਵੀ ਸੀਗੀ ਤੇ ਪਹਿਲਾਂ ਵਿਰੋਧੀ ਧਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਸੀਗੀ। ਤਾਂ ਇੱਥੇ ਮੈਂ ਇੱਕ ਹੋਰ ਚੀਜ਼ ਕਰਨੀ ਚਾਹੁੰਦਾ ਵੀ ਜਿਹੜੇ ਲੀਡਰ ਨੇ ਉਹ ਲੀਡਰ ਹੁੰਦੇ ਨੇ ਪਰ ਜਿਹੜੀ ਅਸਲੀ ਵਿਰੋਧੀ ਧਿਰ ਹੁੰਦੀ ਹੈ ਉਹ ਲੋਕ ਹੁੰਦੇ ਨੇ। ਇਹ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਇੱਕ ਸਰਕਾਰ ਨੂੰ ਸੱਤਾ ਦਿੱਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਅੱਖਾਂ ਤੇ ਪੱਟੀ ਮੰਨ ਕੇ ਇਹ ਨਹੀਂ ਸੋਚ ਲੈਣਾ ਵੀ ਹਾਂ ਉਹ ਸਰਕਾਰ ਅਸੀਂ ਜਿਤਾਤੀ ਤਾਂ ਹੁਣ ਸਾਡਾ ਕੰਮ ਮੁੱਕ ਗਿਆ। ਤੁਹਾਡਾ ਕੰਮ ਅੱਜ ਵਿਰੋਧੀ ਧਿਰ ਦਾ ਹੁੰਦਾ ਹੈ, ਜਿਹੜੇ ਓਪੋਜੀਸ਼ਨ ਲੀਡਰ ਜਾਂ ਵਿਰੋਧੀ ਧਿਰ ਇੱਕ ਖੜੀ ਹੁੰਦੀ ਹੈ ਨਾਲ ਜਾਂ ਇੱਕ ਬਾਏ ਲਾਅ ਵਿਧਾਨ ਸਭਾ ਦੇ ਵਿੱਚ ਇੱਕ LOP ਲੀਡਰ ਦੀ ਪਲੇਸ ਹੈ ਜਾਂ ਇੱਕ ਵਿਰੋਧੀ ਧਿਰ ਸਾਹਮਣੇ ਬੈਠਦੀ ਹੈ ਮੌਜੂਦਾ ਸਰਕਾਰ ਦੇ, ਉਹ ਵੀ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਹੀ ਹੁੰਦੇ ਨੇ ਜਿਨ੍ਹਾਂ ਨੇ ਲੋਕਾਂ ਦੀ ਆਵਾਜ਼ ਉਸ ਵਿਧਾਨ ਸਭਾ ਦੇ ਵਿੱਚ ਉਸ ਸੱਤਾਧਾਰੀ ਪਾਰਟੀ ਦੇ ਸਾਹਮਣੇ ਰੱਖੀ ਨਹੀਂ ਹੁੰਦੀ ਹੈ। ਤਾਂ ਹੁਣ ਇੱਥੇ ਵੀ ਇੱਕ ਟੈਰਰਿਜ਼ਮ ਕੰਮ ਕਰਦਾ ਜਿਹੜਾ ਮੀਡੀਆ ਦੇ ਥਰੂ ਚੱਲ ਰਿਹਾ। ਤਾਂ ਪੰਜਾਬ ਗੌਰਮੈਂਟ ਨੇ ਵੀ ਇੱਕ ਛਵੀ ਪਿਛਲੇ ਟਾਈਮ ਤੋਂ ਜਿਹੜੀ ਹੈ ਲਾਈਵ ਵਿਧਾਨ ਸਭਾ ਕਰਨ ਦੀ ਜਿਹੜੀ ਇੱਕ ਪਿਰਤ ਨਵੀਂ ਪਾਈ ਹੈ, ਮੈਂ ਉਸ ਚੀਜ਼ ਦਾ ਵੈਲਕਮ ਕਰਦਾ, ਸ਼ਲਾਘਾ ਕਰਦਾ, ਪਰ ਉਸ ਚੀਜ਼ ਦੇ ਵਿੱਚ ਵੀ ਉਹਨਾਂ ਦੀ ਕੋਈ ਇਮਾਨਦਾਰੀ ਦੇਖਣ ਨੂੰ ਸਾਹਮਣੇ ਨਹੀਂ ਮਿਲਦੀ। ਤਾਂ ਤੁਸੀਂ ਜਿੰਨੀਆਂ ਵੀ ਵਿਧਾਨ ਸਭਾ ਦੀਆਂ ਹੁਣ ਤੱਕ ਦੇ ਲਾਈਵ ਟੈਲੀਕਾਸਟ ਹੋਏ ਨੇ ਤਾਂ ਜਿੰਨੇ ਵੀ ਸਦਨ ਬੁਲਾਏ ਗਏ ਨੇ ਤਾਂ ਤੁਸੀਂ ਉਹਨਾਂ ਵਿੱਚ ਦੇਖ ਸਕਦੇ ਹੋ ਮੌਜੂਦਾ ਸਰਕਾਰ ਦੇ ਜਿੰਨੇ ਵੀ ਪਾਰਟੀ ਲੀਡਰ ਨੇ ਜਦੋਂ ਵੀ ਉਹ ਆਪਣੀ ਸਪੀਚ ਕਰਦੇ ਨੇ ਜਾਂ ਬੋਲਦੇ ਨੇ ਕਿਸੇ ਵੀ ਮੁੱਦੇ ਉੱਤੇ ਬੋਲਦੇ ਨੇ ਤਾਂ ਉਹ ਬੜੇ ਫੋਕਸ ਦੇ ਨਾਲ ਤੇ ਇੱਕ ਲਾਈਵ ਕਲੋਜ਼ਰ ਮੋਡ ਦੇ ਵਿੱਚ ਹੈ ਜਿਹੜੀ ਉਹਨਾਂ ਦਾ ਟੈਲੀਕਾਸਟ ਕੀਤਾ ਜਾਂਦਾ। ਪਰ ਜਦੋਂ ਕੋਈ ਵਿਰੋਧੀ ਧਿਰ ਦਾ ਲੀਡਰ ਬੋਲਦਾ ਤਾਂ ਪੂਰੇ ਸਦਨ ਦੇ ਵਿੱਚ ਪੂਰੇ ਹਾਊਸ ਨੂੰ ਉਸਦੇ ਵਿੱਚ ਦਿਖਾਇਆ ਜਾਂਦਾ, ਈਵਨ ਕਿ ਉੱਥੇ ਇਹ ਵੀ ਨਹੀਂ ਦਿਖਦਾ ਵੀ ਕੌਣ ਕਿੱਥੇ ਖੜਾ ਬੋਲ ਰਿਹਾ, ਜਸਟ ਇੱਕ ਆਵਾਜ਼ ਤੋਂ ਹੀ ਪਤਾ ਲਗਾਇਆ ਜਾ ਸਕਦਾ ਵੀ ਫਲਾਣਾ ਬੰਦਾ ਬੋਲ ਰਿਹਾ। ਤਾਂ ਇਹ ਵੀ ਇੱਕ ਉਹਨਾਂ ਦੀ ਇਮਾਨਦਾਰੀ ਨਹੀਂ ਹੈਗੀ, ਪੰਜਾਬ ਦੇ ਵਿੱਚ ਉਹਨਾਂ ਦੀ ਛਾਪ ਲੋਕਾਂ ਦੇ ਦਿਲਾਂ ਮਨਾਂ ਦੇ ਵਿੱਚੋਂ ਮਿਟਾਉਣ ਦੀ ਇੱਕ ਪੂਰੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਫਿਰ ਇੱਥੇ ਕਲੀਅਰ ਕਰਦਾ ਓਪੋਜੀਸ਼ਨ ਪਾਰਟੀ ਕੋਈ ਵੀ ਹੋ ਸਕਦੀ ਹੈ ਪਰ ਇਹ ਮੌਜੂਦਾ ਸਰਕਾਰ ਦਾ ਜਿਹੜਾ ਕੀਤਾ ਜਾ ਰਿਹਾ ਉਹ ਧੱਕਾ। ਤੇ ਆਪਾਂ ਗੱਲ ਉੱਥੇ ਆ ਜਾਈਏ, ਲੋਕ ਜਿਹੜੀ ਓਪੋਜੀਸ਼ਨ ਪਾਰਟੀ ਹੁੰਦੀ ਹੈ, ਅਸਲੀ ਓਪੋਜੀਸ਼ਨ ਪਾਰਟੀ ਹੁੰਦੀ ਹੈ ਉਹ ਲੋਕ ਹੁੰਦੇ ਨੇ। ਲੋਕ ਅੱਜ ਕੀ ਕਰ ਰਹੇ ਨੇ, ਲੋਕਾਂ ਦੀ ਇੱਕ ਮਾਨਸਿਕਤਾ ਅੱਜ ਪੰਜਾਬ ਦੇ ਵਿੱਚ ਜਿਹੜੀ ਮੈਂ ਫੀਲ ਕਰ ਰਿਹਾ ਨਿੱਜੀ ਤੌਰ ਤੇ ਉਹ ਇਹ ਸੈੱਟ ਹੋ ਗਈ ਵੀ ਅਸੀਂ 92 ਵਿਧਾਇਕ ਜਿਤਾਤੇ ਤੇ ਇਹ ਹੁਣ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਜੋ ਚਾਹੇ ਕਰ ਸਕਦੀ ਹੈ। ਤਾਂ ਇਹ ਤੁਹਾਡੀ ਗਲਤ ਫਹਿਮੀ ਹੈ, ਇਹ ਤੁਹਾਡੇ ਮਾਨਸਿਕ ਤੌਰ ਤੇ ਜਿਹੜੀ ਤੁਸੀਂ ਐਕਸੈਪਟੈਂਸ ਕਰ ਲਈ ਤਾਂ ਇਹ ਗਲਤ ਹੈ। ਤੁਸੀਂ ਜਿਤਾਏ ਨੇ ਤਾਂ ਉਸ ਸਮੇਂ ਵੀ ਇੱਕ ਵਿਰੋਧ ਸੀ ਪੰਜਾਬ ਦੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਪ੍ਰਤੀ ਤੇ ਫਿਰ ਉਸ ਤੋਂ ਬਾਅਦ ਜਾ ਕੇ ਤੁਸੀਂ ਬਦਲਾਅ ਨੂੰ ਐਕਸੈਪਟ ਕੀਤਾ ਜਾਂ ਬਦਲਾਅ ਨੂੰ ਜਾਂ ਨਵੀਂ ਪਾਰਟੀ ਨੂੰ ਚਾਂਸ ਦਿੱਤਾ। ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਹੁਣ ਚੁੱਪ ਕਰਕੇ ਬੈਠ ਜਾਓ, ਜਾਂ ਜਿਨ੍ਹਾਂ ਨੇ ਉਸ ਟਾਈਮ ਉਸ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀਗਾ ਉਹਨਾਂ ਦੀ ਪੁਰਜ਼ੋਰ ਸਪੋਰਟ ਕੀਤੀ ਸੀ, ਤਾਂ ਅੱਜ ਤੁਹਾਡੀ ਇੱਕ ਮੋਰਲ ਰਿਸਪੋਂਸੀਬਿਲਟੀ ਤੇ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਉਹਨਾਂ ਲੋਕਾਂ ਨੂੰ ਜਵਾਬਦੇਹ ਹੋਵੋ ਜਿਹੜੇ ਤੁਹਾਡੇ ਓਪੋਨੈਂਟ ਸੀਗੇ ਜਾਂ ਦੂਜੀਆਂ ਪਾਰਟੀਆਂ ਨੂੰ ਸਪੋਰਟ ਕਰਦੇ ਸੀ। ਅੱਜ ਉਹਨਾਂ ਲੋਕਾਂ ਕੋਲ ਮੈਨੂੰ ਨਹੀਂ ਲੱਗਦਾ ਸਰਕਾਰ ਨੇ ਕੋਈ ਜਵਾਬ ਛੱਡੇ ਨੇ, ਕਿਉਂਕਿ ਪਿਛਲੇ ਡੇਢ ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਜੇ ਉਸ ਤੇ ਇੱਕ ਝਾਤ ਮਾਰੀਏ, ਮੈਂ ਕੁਛ ਕੁ ਗੱਲਾਂ ਦੇ ਉੱਤੇ ਝਾਤ ਮਾਰੂੰਗਾ ਪਰ ਮੈਂ ਬਹੁਤੇ ਪਿਛੋਕੜ ਦੇ ਵਿੱਚ ਨਹੀਂ ਜਾਊਂਗਾ, ਤਾਂ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਤੱਕ ਆਮ ਆਦਮੀ ਪਾਰਟੀ ਜਾਂ ਪੰਜਾਬ ਗਵਰਨਮੈਂਟ ਨੇ ਨਾ ਤਾਂ ਕੋਈ ਏਦਾਂ ਦਾ ਅਹਿਮ ਫੈਸਲਾ ਲਿਆ, ਨਾ ਹੀ ਕੋਈ ਏਦਾਂ ਦੇ ਬਿਗ ਚੇਂਜਸ ਵਾਲਾ ਜਿਹੜਾ ਫੈਸਲਾ ਲਿਆ। ਜਿੰਨੇ ਵੀ ਇਹਨਾਂ ਨੇ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਇਹਨਾਂ ਨੂੰ ਸਟੈਪ ਬੈਕ ਕਰਨੇ ਪਏ ਨੇ, ਵਾਪਸ ਲੈਣੇ ਪਏ ਨੇ। ਹਾਂ, ਇੱਕ ਮਸਲਾ ਜ਼ਰੂਰ ਹੈ ਵੀ ਬਿਜਲੀ ਦੇ ਬਿੱਲ ਸਸਤੇ ਹੋ ਗਏ, ਤਾਂ ਮੈਂ ਫਿਰ ਇੱਥੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਮੈਂ ਇੱਕ ਰਿਪੋਰਟ ਲਿਖੀ ਸੀਗੀ ਆਪਣੀ ਵਾਲ ਤੇ, ਮੇਰੀ ਫੇਸਬੁੱਕ ਤੇ ਪਈ ਹੋਊਗੀ। ਪੰਜਾਬ ਜਿਹੜਾ ਸਟੇਟ ਇਲੈਕਟ੍ਰੀਸਿਟੀ ਬੋਰਡ ਹੈ ਉਹ ਆਲਰੇਡੀ ਕਈ ਹਜ਼ਾਰ ਕਰੋੜ ਦੇ ਘਾਟੇ 'ਚ ਚੱਲ ਰਿਹਾ ਤੇ ਡੇ ਬਾਏ ਡੇ ਜੇ ਤੁਹਾਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤਾਂ ਪੰਜਾਬ ਫਿਰ ਕਰਜ਼ੇ ਦੀ ਮਾਰ ਥੱਲੇ ਹੀ ਜਾ ਰਿਹਾ। ਜਿਹੜੇ ਚੰਮ ਨੂੰ ਬਿਜਲੀ ਅੱਜ ਸੁੱਖ ਦੇ ਰਹੀ ਹੈ ਉਸੇ ਚੰਮ ਤੋਂ ਉਹ ਬਿਜਲੀ ਦਾ ਜਿਹੜਾ ਮੁਆਵਜ਼ਾ ਹੈ ਉਹ ਸਰਕਾਰ ਵਸੂਲੇਗੀ ਤੇ ਆਉਣ ਵਾਲਾ ਸਮਾਂ ਤੁਹਾਨੂੰ ਆਟੋਮੈਟਿਕਲੀ ਇਸ ਚੀਜ਼ਾਂ ਦੇ ਵਿੱਚ ਦੇਖਣ ਨੂੰ ਮਿਲ ਜਾਊਗਾ। ਜਿਸ ਦਿਨ ਮੀਟਰ ਬਦਲ ਗਏ ਜਾਂ ਰੀਚਾਰਜੇਬਲ ਮੀਟਰ ਲੱਗ ਗਏ ਤਾਂ ਉਸ ਦਿਨ ਤੁਹਾਨੂੰ ਇਸ ਚੀਜ਼ ਦਿਨ ਦਾ ਜ਼ਰੂਰ ਯਾਦ ਆਊਗੀ ਵੀ ਕੀ ਹੈ। ਤਾਂ ਉਸ ਤੋਂ ਬਾਅਦ
ਆਪਾਂ ਕਰਪਸ਼ਨ ਦੀ ਗੱਲ ਕਰਦੇ ਹਾਂ। ਕਰਪਸ਼ਨ ਦੇ ਵਿੱਚ ਪਹਿਲੇ ਦਿਨ ਤੋਂ ਵਿਜੇ ਸਿੰਗਲਾ ਜੀ ਦੇ ਮੁੱਦੇ ਤੋਂ ਲੈ ਕੇ ਜਿਹੜੇ ਸਿਹਤ ਮੰਤਰੀ ਸੀ, ਉਸ ਤੋਂ ਬਾਅਦ ਜਿੰਨੇ ਵੀ ਇਹਨਾਂ ਦੇ ਕੈਬਨਿਟ ਮੰਤਰੀ ਹੋਏ, ਤਾਂ ਹੁਣ ਰੀਸੈਂਟਲੀ ਮੁੱਦਾ ਹੋਇਆ ਸੀਗਾ ਬੀਬੀ ਮਾਨੋ ਕੇਜਰੀਵਾਲ, ਤਾਂ ਉੱਥੇ ਵੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਜਿਹੜੀ ਗੁੰਮਰਾਹ ਕਰਦੀ ਨਜ਼ਰ ਆਈ ਹੈ। ਤਾਂ ਇਹਦੇ ਵਿੱਚ ਹੁਣ ਸਰਕਾਰ ਦਾ ਕੀ ਹੈ, ਸਰਕਾਰ ਕਰਦੀ ਹੈ ਜਦੋਂ ਉਹਨਾਂ ਦੀ ਕੋਈ ਵੀ ਵਿਰੋਧਤਾ ਜਾਂ ਆਮ ਲੋਕਾਂ ਦੇ ਵਿੱਚ ਖੜੀ ਹੁੰਦੀ ਹੈ, ਤਾਂ ਉਹੀ ਲੋਕ ਵਿਰੋਧ ਕਰਦੇ ਨੇ ਜਿਹੜੇ ਪਹਿਲਾਂ ਵਿਰੋਧ 'ਚ ਸੀਗੇ। ਪਰ ਅੱਜ ਬਹੁਤ ਸਾਰੇ ਉਹ ਲੋਕ ਚੁੱਪ ਬੈਠੇ ਨੇ ਜਿਹੜੇ ਕਿਤੇ ਨਾ ਕਿਤੇ ਸਰਕਾਰ ਦੀ ਸਪੋਰਟ ਕਰਦੇ ਸੀ ਜਾਂ ਭਗਵੰਤ ਮਾਨ ਦੇ ਸਪੋਰਟਰ ਸੀ, ਆਮ ਆਦਮੀ ਦੇ ਸਪੋਰਟਰ ਸੀ। ਤਾਂ ਮੈਂ ਉਹਨਾਂ ਨੂੰ ਵੀ ਇੱਕ ਰਿਕੁਐਸਟ ਕਰਨੀ ਚਾਹੁੰਦਾ ਤੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਪਲੀਜ਼ ਆਪਣੀ ਮੋਰਲ ਰਿਸਪੋਂਸੀਬਿਲਟੀ ਨੂੰ ਪਛਾਣੋ ਤੇ ਜਿਹੜੀ ਸਰਕਾਰ ਹੈ, ਮੌਜੂਦਾ ਸਰਕਾਰ ਹੈ, ਤੁਸੀਂ ਹੱਕ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਹਾਂ ਦੇ ਨਾਅਰੇ ਲਾਏ ਸੀ। ਤਾਂ ਅੱਜ ਜਿਹੜੀ ਇੱਕ ਓਪੋਜੀਸ਼ਨ ਪਾਰਟੀ ਜਾਂ ਜਿਹੜਾ ਇੱਕ ਓਪੋਜੀਸ਼ਨ ਦਾ ਰੋਲ ਪੰਜਾਬ ਦੀ ਜਾਂ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਅਸੀਂ ਬਸ ਉਹੀ ਵੀ ਭਗਤੀ ਵਾਲੀ ਪੱਟੀ ਅੱਖਾਂ ਤੇ ਬੰਨ ਕੇ ਇਸ ਚੀਜ਼ ਨੂੰ ਅਕਸੈਪਟ ਕਰੀ ਜਾ ਰਹੇ ਨੇ ਵੀ ਹਾਂ ਵੀ ਇਹ ਜਿੱਤੇ ਨੇ ਤਾਂ ਇਹ ਕੁਛ ਵੀ ਕਰ ਸਕਦੇ ਨੇ, ਇਹ ਕੁਛ ਵੀ ਕਰ ਸਕਦੇ ਨੇ। ਸਮਝੇ ਤੁਸੀਂ ਗੱਲ? ਇਹ ਆਪਾਂ ਨੂੰ ਜਿਹੜੀ ਮੰਨੀ ਬੈਠੇ ਆ, ਜਿਹੜੀ ਦਿਮਾਗ ਦੇ ਵਿੱਚ ਧਾਰੀ ਬੈਠੇ ਆ, ਇਹ ਇੱਕ ਰੋਂਗ ਸਟੇਟਮੈਂਟ ਜਾਂ ਕਮਿਟਮੈਂਟ ਆ। ਦੋਸਤੋ, ਤੁਸੀਂ ਜਿਤਾਏ ਆ, ਤੁਹਾਡਾ ਦੇਸ਼ ਆ, ਤੁਹਾਡਾ ਪੰਜਾਬ ਹੈ, ਤਾਂ ਉਹਦੇ ਹੱਕ 'ਚ ਵੀ ਤੁਸੀਂ ਖੜਨਾ ਤੇ ਉਹਦੇ ਵਿਰੋਧ ਦੇ ਵਿੱਚ ਵੀ ਤੁਸੀਂ ਖੜਨਾ। ਤਾਂ ਇਹਦੇ ਨਾਲ ਲੱਗਦੀ ਮੈਂ ਗੱਲ ਇੱਕ ਲੈ ਕੇ ਚੱਲਾਂ ਅੱਗੇ। ਤਾਂ ਹੁਣ ਫੋਰ ਐਗਜ਼ਾਮਪਲ ਵੀ ਜਿਹੜਾ ਇੱਕ ਮੁੱਦਾ ਜਿਹੜਾ ਪਿਛਲੇ ਦਿਨੀ ਉੱਠਿਆ ਸੀਗਾ PTC ਵਾਲਾ, ਉਹ ਸਦਨ ਦੇ ਵਿੱਚ ਉੱਠਿਆ ਸੀ। ਮੈਂ PTC ਦੇ ਹੱਕ 'ਚ ਨਹੀਂ, ਮੈਂ ਬਾਦਲਾਂ ਦੇ ਹੱਕ 'ਚ ਨਹੀਂ, ਮੈਂ ਕੋਈ SGPC ਦੇ ਇਸ ਹੱਕ 'ਚ ਨਹੀਂ ਵੀ ਉਹਨਾਂ ਨੇ ਕਿਹਨਾਂ ਨੂੰ ਦੇਣਾ ਕਿਹਨਾਂ ਨੂੰ ਨਹੀਂ। ਬਟ ਇੱਕ ਰਾਈਟ ਡਿਸੀਜ਼ਨ, ਰਾਈਟ ਐਕਸ਼ਨ ਟੇਕ ਕਰਨਾ ਕੀ ਬਣਦਾ ਹੁੰਦਾ, ਤਾਂ ਸਰਕਾਰ ਨੂੰ ਉੱਥੇ ਇਹੀ ਚਾਹੀਦਾ ਸੀਗਾ ਵੀ ਜਿਹੜੀਆਂ 11 ਸਾਲ ਤੋਂ ਇਲੈਕਸ਼ਨਾਂ ਪੈਂਡਿੰਗ ਪਈਆਂ ਨੇ ਤਾਂ ਉਹਨਾਂ ਨੂੰ ਦੁਬਾਰਾ ਕਰਵਾਇਆ ਜਾਵੇ। ਉੱਥੇ ਜਿਹੜੀ ਨਵੀਂ ਪਾਰਟੀ ਹੈ, ਜੇ ਅੱਜ ਸਰਕਾਰ ਨੂੰ ਲੱਗਦਾ ਹੈ ਵੀ ਉਹ ਪਾਰਟੀ ਜਿਹੜੀ SGPC ਹੈ, ਮੌਜੂਦਾ ਕਮੇਟੀ, ਉਹ ਬਾਦਲਾਂ ਦੇ ਪ੍ਰਭਾਵ ਥੱਲੇ ਹੈ, ਤਾਂ ਸਰਕਾਰ ਨੂੰ ਚਾਹੀਦਾ ਵੀ ਇੱਕ ਨਵੀਂ ਕਮੇਟੀ ਇਲੈਕਸ਼ਨ ਹੋਣ ਤੇ ਉਹਦੇ ਵਿੱਚ ਖੜੀ ਹੋਵੇ ਤੇ ਬਣ ਕੇ ਆਵੇ, ਤਾਂ ਉਹ ਇੱਕ ਨਿਰੋਲ ਫੈਸਲੇ ਲੈਵੇ ਜਿਹੜੀ ਵੀ ਉਹਨਾਂ ਦੇ ਲੈਣੇ ਬਣਦੇ ਨੇ। ਬਟ ਉਹਨਾਂ ਨੇ ਕੀ ਕੀਤਾ, ਜਿਵੇਂ ਆਲਵੇਜ਼ ਕਰਦੇ ਨੇ, ਇੱਕ ਈਵੈਂਟ ਕ੍ਰੀਏਟ ਕੀਤਾ ਮਾਨੂੰ ਕੇ ਵਾਲੇ ਸਿਸਟਮ ਨੂੰ ਦੱਬਣ ਦੇ ਲਈ, ਵੀ PTC ਦਾ ਇੱਕ ਮਤਾ ਪਾਸ ਕਰਤਾ ਵੀ SGPC ਨੂੰ PTC ਤੋਂ ਬਾਅਦ ਜਿਹੜਾ ਵੀ ਖੁੱਲ੍ਹਾ ਉਹ ਕਰਨ ਦੀ, ਜਿਹੜੀ ਸਾਰੇ ਚੈਨਲਾਂ ਨੂੰ ਟੈਲੀਕਾਸਟ ਕਰਨ ਦੀ ਪਰਮਿਸ਼ਨ ਦੇਵੇ। ਇੱਕ ਨੌਨਸੈਂਸ ਗੱਲ, ਇੱਕ ਆਰਗਨਾਈਜੇਸ਼ਨ ਦੇ ਉੱਤੇ ਨਾ ਤਾਂ ਕੋਈ ਗਵਰਨਮੈਂਟ ਦਾ ਹੱਕ ਹੈ, ਨਾ ਕੋਈ ਸਿਸਟਮ ਹੈ, ਨਾ ਹੀ ਇਹ ਅੱਜ ਹੋਵੇ, ਨਾ ਹੀ ਇਹ ਕੱਲ੍ਹ ਨੂੰ ਹੋਵੇ। ਹਾਂ, ਜੇ ਕਿਤੇ ਜਿਵੇਂ ਬਾਦਲ ਪਹਿਲਾਂ ਇੱਕ ਸਿਸਟਮ, ਇੱਕ ਟੀਮ ਉੱਥੇ ਬਣਾ ਕੇ ਬਿਠਾਉਂਦਾ ਸੀ, ਜੇ ਇਨ ਫਿਊਚਰ ਹੁਣ ਇਲੈਕਸ਼ਨ ਹੁੰਦੇ ਨੇ ਜਾਂ ਭਗਵੰਤ ਮਾਨ ਦੀ ਬਣੀ ਹੋਈ SGPC ਉੱਥੇ ਬੈਠਦੀ ਆ, ਤਾਂ ਉਹ ਇਹ ਫੈਸਲੇ ਜ਼ਰੂਰ ਲੈ ਸਕਦੀ ਆ। ਤਾਂ ਪਰ ਮੈਨੂੰ ਇਹਦੇ ਵਿੱਚ ਕੋਈ, ਮੈਂ ਕੋਈ ਸਲਾਹ ਜਾਂ ਮਸ਼ਵਰਾ ਨਹੀਂ ਦੇਣਾ ਚਾਹੁੰਦਾ, ਪਰ ਮੈਂ ਇੱਕ ਈਵੈਂਟ ਕ੍ਰੀਏਟ ਕਰਨਾ, ਇੱਕ ਸਿਸਟਮ ਦਾ ਲਾਹਾ ਲੈਣਾ, ਜਾਂ ਹੁਣ ਭਗਵੰਤ ਮਾਨ ਵੱਲੋਂ ਜਿਹੜੀ ਇੱਕ ਸਿਆਸਤ ਹੈ ਇੱਥੇ ਖੇਡੀ ਗਈ ਹੈ, ਉਹ ਇਹ ਬਣਦੀ ਹੈ। ਤੁਸੀਂ ਸਮਝਿਓ, ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਨਾ, ਤੁਹਾਡੀ ਅੱਖਾਂ ਤੇ ਕੰਨਾਂ ਦੀ ਫੀਡ ਨੂੰ ਚੇਂਜ ਕਰਕੇ ਤੁਹਾਡੀ ਮੈਂਟੈਲਿਟੀ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ, ਤਾਂ ਉੱਥੇ ਇੱਕ ਚੀਜ਼ ਅੱਜ ਵੀ ਲੋਕਾਂ ਦੀ ਆਜ਼ਾਦ ਹੈ, ਉਹ ਹੈਗੀ ਹੈ ਭਾਵਨਾ, ਧਾਰਮਿਕ ਭਾਵਨਾ, ਤੇ ਉਹ ਆਜ਼ਾਦ ਹੈ। ਇਹ ਹੁਣ ਤੁਹਾਡੀ ਸਿਸਟਮੈਟਿਕਲੀ ਇੱਕ ਧਾਰਮਿਕ ਭਾਵਨਾ ਤੇ ਹਮਲਾ। ਤਾਂ ਮੈਂ ਫਿਰ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਇਸ 1.5 ਸਾਲ ਦੀ ਕਾਰਗੁਜ਼ਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਦਾ ਵਿਰੋਧ ਤੇ ਉਹਦੇ ਹੱਕ ਦੇ ਵਿੱਚ ਖੜਨਾ ਸ਼ੁਰੂ ਕਰੋ, ਨਾ ਕਿ ਆਪਾਂ ਅੰਨਿਆਂ ਦੀ ਤਰ੍ਹਾਂ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਖੜਦੇ ਜਾਈਏ ਅੱਗੇ ਤੋਂ ਅੱਗੇ। ਇਸ ਕਰਕੇ ਹਰ ਤਰੀਕੇ ਦਾ ਰੋਲ ਹੈ ਜਿਹੜਾ ਓਪੋਨੈਂਟ ਜਾਂ ਓਪੋਜੀਸ਼ਨ ਦਾ, ਉਹ ਲੋਕਾਂ ਨੂੰ ਵੀ ਬਾਖੂਬੀ ਜਿਹੜਾ ਇੱਥੇ ਨਿਭਾਉਣਾ ਬਣਦਾ ਹੈ। ਤੇ ਹੁਣ ਨਾਲ ਦੀ ਗੱਲ ਅੱਗੇ ਕਰਦੇ ਚੱਲਾਂ ਮੈਂ, ਤਾਂ ਹੁਣ ਭਗਵੰਤ ਮਾਨ ਨੇ ਇਹਨੂੰ ਸੰਸਦ ਦੇ ਵਿੱਚ ਲਿਆ ਕੇ, ਕਿਉਂਕਿ ਇਹ ਰੀਸੈਂਟਲੀ ਮੁੱਦਾ, ਮਾਨੂੰ ਕੇਜਰੀਵਾਲ ਕਲੀਅਰ ਹੋ ਗਿਆ, ਉਦੋਂ ਪਹਿਲਾਂ ਖਟਾਰੂ ਚੱਕ ਸੀਗਾ, ਫੌਜਾ ਸਿੰਘ ਸਰਾਰੀ ਸੀਗੀ, ਵਿਜੇਂਦਰ ਸਿੰਗਲਾ ਸੀਗਾ, ਪਠਾਨ ਮਾਜਰਾ ਸੀਗਾ, ਇਹਨਾਂ ਦੇ ਸਿਹਤ ਮੰਤਰੀ ਕਿਹੜੇ ਸੀਗੇ ਹੁਣ ਨਵੇਂ ਬਣੇ ਸੀਗੇ, ਉਹਨਾਂ ਦਾ ਸੀਗਾ। ਜਾਣੀ ਕਿ ਸਾਰੇ ਵਾਸਤੇ ਜਿਹੜੇ ਮਾਮਲੇ ਹੁਣ ਠੰਡੇ ਵਾਸਤੇ, ਜਾਣੀ ਕਿਸੇ ਤੇ ਵੀ ਕੋਈ ਪੋਜ਼ਿਟਿਵ ਐਕਸ਼ਨ ਰਿਸਪੋਂਸ ਨਹੀਂ ਹੈਗਾ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ, ਸੰਦੀਪ ਨਗਲੰਬੀਆਂ, ਗੈਂਗਸਟਰ ਸਿਸਟਮ, ਜੇਲ੍ਹਾਂ ਦੇ ਵਿੱਚ ਇੰਟਰਵਿਊ, ਇਹ ਚੀਜ਼ਾਂ ਅਸੀਂ ਕਿਵੇਂ ਅਣਦੇਖੀਆਂ ਕਰ ਸਕਦੇ ਹਾਂ, ਇਹ ਸਾਰੀਆਂ ਚੀਜ਼ਾਂ ਅਸੀਂ ਕਿਵੇਂ ਅਣਦੇਖੀਆਂ ਕਰ ਸਕਦੇ ਹਾਂ, ਡੇ ਬਾਏ ਡੇ ਚੜ੍ਹਦਾ ਕਰਜ਼ਾ ਅਸੀਂ ਕਿਵੇਂ ਅਣਦੇਖਿਆ ਕਰ ਸਕਦੇ ਹਾਂ। ਕੀ ਸਰਕਾਰ ਜਿਹੜਾ 20,000 ਕਰੋੜ ਦਾ ਰੈਵੀਨਿਊ ਕਰਪਸ਼ਨ ਤੋਂ ਲਿਆਉਣਾ ਚਾਹੁੰਦੀ ਸੀ ਪਿਛਲੇ ਸਾਲ ਦਾ ਕਿੰਨਾ ਆਇਆ, ਕਿਸੇ ਨੇ ਸਵਾਲ ਕੀਤਾ? ਨਹੀਂ ਕੀਤਾ। ਪਰ ਜਦੋਂ ਵੀ ਕੋਈ ਇਹਨਾਂ ਨੂੰ ਸਵਾਲ ਕਰਦਾ ਹੈ, ਤਾਂ ਇਹ ਉਹਨਾਂ ਨੂੰ ਇੱਕ ਪੋਲੀਟੀਕਲ ਟੈਰਰਿਜ਼ਮ ਦੇ ਸਿਸਟਮ ਦੇ ਅੰਡਰ ਉਹਨਾਂ ਨੂੰ ਟੋਰਚਰ ਕਰਦੇ ਨੇ, ਉਹਨਾਂ ਦੇ ਜਾਂ ਪਬਲਿਕ ਪਲੇਟਫਾਰਮਸ ਨੇ ਜਿਹੜੇ ਉਹਨਾਂ ਨੂੰ ਬੰਦ ਕਰਦੇ ਨੇ, ਧਮਕੀਆਂ ਦਿੰਦੇ ਨੇ, ਜਾਂ ਲੋਕਾਂ ਦੇ ਪਰਚੇ ਪਾਉਂਦੇ ਨੇ, ਤਾਂ ਉਹਦੀ
ਯਾਨੀ ਕਿ ਰਿਅਲਿਸਟਿਕ ਜਿਹੜੀ ਐਗਜ਼ਾਮਪਲ ਆ ਸੁਖਪਾਲ ਸਿੰਘ ਖਹਿਰੇ ਤੋਂ ਤੁਸੀਂ ਦੇਖ ਸਕਦੇ ਹੋ ਵੀ ਉਹ ਝਾਲ ਝੱਲ ਸਕਦੇ ਸੀ, ਬਟ ਫਿਰ ਵੀ ਈਵਨ ਕਿ ਉਹਨਾਂ ਦੇ ਵੀ ਪਰਚੇ ਪਾਏ ਲੋਕਾਂ ਨੂੰ ਡਰਾਉਣ ਦੇ ਲਈ। ਤਾਂ ਦੋਸਤੋ ਇਸ ਚੀਜ਼ ਦੇ ਲਈ ਤੁਹਾਨੂੰ ਇਕੱਠੇ ਹੋਣਾ ਪੈਣਾ ਹੈ, ਤੁਹਾਨੂੰ ਸਾਰਿਆਂ ਨੂੰ ਇੱਕ ਵਿਰੋਧੀ ਧਿਰ ਦੇ ਰੂਪ ਦੇ ਵਿੱਚ। ਵਿਰੋਧੀ ਧਿਰ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਦਾ ਡੱਟ ਕੇ ਵੈਸੇ ਵੀ ਇੱਕ ਆਪਣੇ ਲਾਹੇ ਲਈ ਪਰਸਨਲੀ, ਕਿਉਂਕਿ ਜੇ ਹੁਣ ਪੋਲੀਟੀਕਲ ਪਾਰਟੀ ਹੈ ਕੋਈ ਵੀ ਵਿਰੋਧੀ ਧਿਰ ਕਾਂਗਰਸ ਹੈ, ਉਹ ਆਪਣੇ ਲਾਹੇ ਲਈ ਵੀ ਉਹਨਾਂ ਦਾ ਵਿਰੋਧ ਕਰਦੇ ਨੇ, ਉੱਥੇ ਸਵਾਲ ਚੱਕਦੇ ਨੇ, ਕਈ ਬੇਫਜ਼ੂਲ ਵੀ ਸਵਾਲ ਚੱਕਦੇ ਹੋਣਗੇ ਜਿਹੜੇ ਬਾਕੀ ਲੀਡਰ ਨੇ। ਪਰ ਮੈਂ ਕਾਂਗਰਸ ਪਾਰਟੀ ਨੂੰ ਕਹਿਣਾ ਚਾਹੁੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ, ਸੁਖਪਾਲ ਸਿੰਘ ਖਹਿਰੇ ਤੋਂ ਇਲਾਵਾ ਤੇ ਪ੍ਰਤਾਪ ਸਿੰਘ ਬਾਜਵੇ ਤੋਂ ਇਲਾਵਾ ਤੁਹਾਨੂੰ ਸਾਰਿਆਂ ਨੂੰ, ਬਾਕੀ ਪਾਰਟੀ ਪ੍ਰਧਾਨ ਨੂੰ, ਜਿਹੜੇ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਨੇ ਰਾਜਾ ਬੜਿੰਗ ਉਹਨਾਂ ਨੂੰ, ਸੁਖਜਿੰਦਰ ਸਿੰਘ ਰੰਧਾਵੇ ਉਹਨਾਂ ਨੂੰ, ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ, ਜਾਂ ਹੋਰ ਵੀ ਜਿੰਨੇ ਵੀ ਇਹਨਾਂ ਦੇ ਲੀਡਰ ਸੀਗੇ, ਜਾਂ ਅਕਾਲੀ ਦਲ ਤੋਂ ਵੀ ਮੈਂ ਕਹਿਣਾ ਚਾਹੁੰਦਾ ਮਨਪ੍ਰੀਤ ਦਿਆਲੀ ਉਹਨਾਂ ਨੂੰ ਵੀ ਪਲੀਜ਼ ਤੁਸੀਂ ਕਿਉਂ ਨੀ ਆਪਣਾ ਰੋਲ ਪਛਾਣ ਰਹੇ, ਤੁਸੀਂ ਕਿਉਂ ਨੀ ਇਸ ਚੀਜ਼ ਨੂੰ ਹਾਈਲਾਈਟ ਕਰਦੇ, ਲੋਕਾਂ ਦੇ ਸਾਹਮਣੇ ਵਾਰ ਵਾਰ ਪੇਸ਼ ਕਰਦੇ, ਤੁਸੀਂ ਇੱਕ ਮੁੱਦੇ ਦੀ ਵੇਟ ਕਿਉਂ ਕਰਦੇ ਹੋ ਵੀ ਜਦੋਂ ਕੋਈ ਮੁੱਦਾ ਖੜਾ ਹੋਊਗਾ ਉਦੋਂ ਹੀ ਅਸੀਂ ਸਰਕਾਰ ਦਾ ਵਿਰੋਧ ਕਰਨਾ। ਤੁਸੀਂ ਲੋਕਾਂ ਨੂੰ ਕਿਉਂ ਅਵੇਅਰ ਨਹੀਂ ਕਰ ਰਹੇ ਵੀ ਬੈਕ ਦੀ ਸਟੇਜ ਕੀ ਹੋ ਰਿਹਾ। ਮੈਂ ਕੱਲ ਹੀ ਹਮੀਰ ਸਿੰਘ ਉਹਨਾਂ ਦੀ ਇੱਕ ਇੰਟਰਵਿਊ ਦੀ ਕੁਛ ਛੋਟੀ ਜਿਹੀ ਕਲਿੱਪ ਮੈਂ ਸ਼ੇਅਰ ਕੀਤੀ ਸੀ, ਤਾਂ ਉਮੀਦ ਕਰਦਾ ਤੁਸੀਂ ਪਲੀਜ਼ ਉਸ ਨੂੰ ਸਾਰੇ ਜ਼ਰੂਰ ਸੁਣਿਓ। ਤਾਂ ਉਹ ਇੱਕ ਬਹੁਤ ਵੱਡਾ ਖਦਸ਼ਾ, ਜਿਹੜੇ ਇਹ ਕਾਨੂੰਨ ਲਾਗੂ ਹੋਣੇ ਨੇ ਜਾਂ ਜਿਹੜੀਆਂ ਵਰਲਡ ਟ੍ਰੇਡ ਆਰਗਨਾਈਜੇਸ਼ਨ ਦੀ ਅੱਖ ਇੰਡੀਆ ਦੇ ਉੱਤੇ ਆ, ਖਾਸ ਕਰਕੇ ਨਾਰਦਰਨ ਇੰਡੀਆ ਦੇ ਉੱਤੇ ਆ, ਤੇ ਉਹਦੇ ਤੇ ਮੇਨ ਫੋਕਸ ਸਾਡੇ ਪੰਜਾਬ ਤੇ ਆ ਕਿਉਂਕਿ ਬਾਰਡਰ ਸਟੇਟ ਤੇ ਰਾਸਤਾ ਉਹ ਆ, ਤੇ ਕਿੱਡਾ ਵੱਡਾ ਜਿਹੜਾ ਖਤਰਾ ਇੱਕ ਸਿਸਟਮ ਹੈ ਉਹ ਉੱਥੇ ਜਿਹੜਾ ਸਾਡੇ ਉੱਤੇ ਮੰਡਰਾ ਰਿਹਾ। ਤਾਂ ਤੁਸੀਂ ਇਹਨਾਂ ਸਾਰੀਆਂ ਨੂੰ ਚੀਜ਼ਾਂ ਨੂੰ ਗੌਰ ਤਲਬ ਕਰਕੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਡਿਸੀਜਨ ਬਣਾਉਣੇ ਨੇ, ਤਾਂ ਸਰਕਾਰ ਨੂੰ ਸਵਾਲ ਕਰਨੇ ਨੇ ਤੇ ਪੰਜਾਬ ਦੀ ਬਿਹਤਰੀ ਦੇ ਲਈ ਕਦਮ ਚੁੱਕਣ ਲਈ ਸਰਕਾਰ ਨੂੰ ਮਜਬੂਰ ਕਰਨਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ ਵੱਖ ਮੁੱਦਿਆਂ ਦੇ ਉੱਤੇ ਮੈਂ ਤੁਹਾਡੇ ਨਾਲ ਹਰ ਵੀਕਲੀ ਹਫ਼ਤਾਵਾਰੀ ਇਹਨਾਂ ਚੀਜ਼ਾਂ ਤੇ ਚਰਚਾ ਕਰਦਾ ਜਾਵਾਂਗਾ ਦੋਸਤੋ। ਪਰ ਤੁਹਾਡੇ ਤੋਂ ਮੈਂ ਉਮੀਦ ਕਰਦਾ ਵੀ ਆਪਾਂ ਪਛਾਣੀਏ ਰੀਅਲ ਓਪੋਜੀਸ਼ਨ, ਅਸਲੀ ਵਿਰੋਧੀ ਧਿਰ ਲੋਕ ਦੇ, ਤੇ ਲੋਕਾਂ ਨੇ ਹੀ ਹੱਕ 'ਚ ਖੜਨਾ ਹੁੰਦਾ ਤੇ ਲੋਕਾਂ ਨੇ ਹੀ ਵਿਰੋਧ 'ਚ ਖੜਨਾ ਹੁੰਦਾ। ਹੁਣ ਅਸੀਂ ਅੱਖਾਂ ਦੇ ਪੱਟੀ ਬੰਨ੍ਹ ਕੇ ਇੱਕ ਮਾਨਸਿਕਤਾ ਇਹ ਨਾ ਸੈੱਟ ਕਰ ਲਈਏ ਵੀ ਇਹਨਾਂ ਦੇ ਤਾਂ 92 ਜਿੱਤ ਗਏ, ਇਹ ਆਪਣੀਆਂ ਮਰਜ਼ੀਆਂ ਕਰ ਸਕਦੇ ਨੇ, ਹੁਣ 5 ਸਾਲ ਇਹਨਾਂ ਦਾ ਰਾਜ ਚੱਲੂਗਾ ਜਾਂ ਇਹ ਹੋਜੂਗਾ ਜਾਂ ਵੋ ਹੋਜੂਗਾ। ਪਰ ਮੈਂ ਤੁਹਾਡੇ ਸਾਹਮਣੇ ਇੱਕ ਰਿਕੁਐਸਟ ਕਰਨੀ ਚਾਹੁੰਦਾ ਵੀ ਪਲੀਜ਼ ਇੱਕ ਦੇਸ਼ ਨੂੰ ਵੇਚਣ ਲਈ ਤੁਹਾਡਾ ਬਣਾਇਆ ਪ੍ਰਧਾਨ ਮੰਤਰੀ ਹੀ ਕਾਫੀ ਹੈ, ਤੁਹਾਡੀ ਉਹਨੂੰ ਬਾਅਦ 'ਚ ਲੋੜ ਨਹੀਂ ਹੈਗੀ। ਜਿੰਨਾ ਇੰਡੀਆ ਦੇ ਵਿੱਚ ਕਰਜ਼ੇ ਮਾਫ਼ ਹੁੰਦੇ ਨੇ, ਅੰਬਾਨੀ ਅਡਾਨੀ ਦੇ ਰੌਲੇ ਨੇ ਜਾਂ ਬਿੱਲ ਆਏ ਸੀਗੇ ਉਹ ਤੁਸੀਂ ਜਿਤਾਤਾ, ਹੁਣ ਜਿਹੜਾ ਜਿੱਤ ਕੇ ਚਲੇ ਗਿਆ ਉਹਦੇ ਇਕੱਲੇ ਦੇ ਸਾਇਨ ਬਹੁਤ ਨੇ, ਹੁਣ ਤੁਹਾਡੀ ਲੋੜ ਨਹੀਂ। ਤਾਂ ਇਸੇ ਤਰੀਕੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਵਾਰਨ ਜਾਂ ਅਵੇਅਰ ਕਰਨਾ ਚਾਹੁੰਦਾ ਵੀ ਜੇ ਤੁਸੀਂ 92 ਸੀਟਾਂ ਦੇ ਤੀਆਂ ਜਾਂ ਭਗਵੰਤ ਮਾਨ ਨੂੰ ਜਿਤਾਤਾ, ਤਾਂ ਹੁਣ ਭਗਵੰਤ ਮਾਨ ਦਾ ਜਿਹੜੀ ਉਹ ਕਹਿੰਦਾ ਹੁੰਦਾ ਨਾ ਹਰਾ ਪੈਨ, ਉਹੀ ਕਾਫੀ ਹੈ ਪੰਜਾਬ ਨੂੰ ਵੇਚਣ ਲਈ, ਪੰਜਾਬ ਦੇ ਹੱਕ 'ਚ ਜਾਂ ਉਹਦੇ ਵਿਰੋਧ 'ਚ ਫੈਸਲੇ ਲੈਣ ਲਈ। ਤਾਂ ਇਸ ਕਰਕੇ ਸਾਨੂੰ ਅਵੇਅਰ ਹੋਣਾ ਪੈਣਾ, ਸਾਨੂੰ ਜਾਗਰੂਕ ਹੋਣਾ ਪੈਣਾ, ਸਾਨੂੰ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ 'ਤੇ ਅੱਖ ਰੱਖਣੀ ਪੈਣੀ ਹੈ। ਤਾਂ ਇੱਥੇ ਮੈਂ ਮੈਂਸ਼ਨ ਕਰਦਾ ਚੱਲਾਂ ਪੰਜਾਬ ਦੇ ਕੁਛ ਐਕਟੀਵਿਸਟ ਨੇ, ਜਿਵੇਂ ਮਾਲਵਿੰਦਰ ਸਿੰਘ ਮਾਲੀ ਹੋ ਗਏ, ਮਾਣਿਕ ਗੋਇਲ ਹੋ ਗਏ, ਤੇ ਆਪਣੇ ਡਾਕਟਰ ਗਰਗ ਹੋ ਗਏ, ਧਰਮਵੀਰ ਸਿੰਘ ਗਾਂਧੀ ਹੋ ਗਏ। ਤਾਂ ਇਹੋ ਜਿਹੇ ਜਿਹੜੇ ਬੁਲਾਰੇ ਨੇ ਉਹ ਟਾਈਮ ਟੂ ਟਾਈਮ ਲੋਕਾਂ ਨੂੰ ਅਵੇਅਰ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਬੜੀ ਕਰਦੇ ਨੇ। ਤਾਂ ਉਹਨਾਂ ਨੂੰ ਬੜੀ ਸਹਿਜਤਾ ਨਾਲ ਸੁਣਿਆ ਕਰੋ, ਉਹਨਾਂ ਦੀ ਪੜਚੋਲ ਕਰਿਆ ਕਰੋ, ਉਸ ਚੀਜ਼ ਨੂੰ ਐਨਾਲਾਈਜ਼ ਕਰਕੇ ਸਮਝਿਆ ਕਰੋ, ਤਾਂ ਜਿਸ ਕਰਕੇ ਤੁਹਾਨੂੰ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ, ਕੀ ਵਾਪਰ ਰਿਹਾ ਉਹਦੀ ਜਾਣਕਾਰੀ ਹੋਵੇ, ਤੇ ਤਾਂ ਕਰਕੇ ਜਿਹੜੇ ਲੋਕ ਆ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ 2024 ਦੇ ਵਿੱਚ ਵੀ ਵੋਟਾਂ ਆ ਰਹੀਆਂ ਨੇ ਦੋਸਤੋ, ਤਾਂ ਉਹਦੇ ਪ੍ਰਤੀ ਆਪਾਂ ਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ। ਤਾਂ ਜਿਹੜੀ ਮੈਂ ਪਹਿਲਾਂ SGPC ਵਾਲੀ ਉਹ ਗੱਲ ਮੈਂ ਤੁਹਾਨੂੰ ਇਸ ਟੌਕ ਦੇ ਵਿੱਚ ਨਹੀਂ ਕਰਨੀ ਚਾਹੁੰਦਾ ਸੀਗਾ, ਪਰ ਮੈਂ ਜਾਂਦਾ ਜਾਂਦਾ ਜ਼ਰੂਰ ਕਰਨਾ ਚੱਲਾਂ ਉਸ ਚੀਜ਼ ਨੂੰ, ਜਿੱਥੇ ਮੈਂ ਕਿਹਾ ਸੀਗਾ ਵੀ ਸਾਰਾ ਕੁਛ ਕੈਪਚਰ ਹੈ, ਦੇਸ਼ ਕੈਪਚਰ ਹੈ, ਪੰਜਾਬ ਕੈਪਚਰ ਹੈ, ਬਿਊਰੋਕਰੇਟਸ ਜਾਂ ਪੋਲੀਟੀਕਲ ਟੈਰਰਿਜ਼ਮ ਦੇ ਅੰਡਰ ਸਾਰੀ ਚੀਜ਼ ਕੈਪਚਰ ਹੈ, ਪਰ ਇੱਕ ਚੀਜ਼ ਹੈ ਜਿਹਦੇ ਨਾਲ ਧੱਕਾ ਹਜੇ ਹੋਇਆ ਨਹੀਂ, ਉਹ ਹੈਗੀ ਤੁਹਾਡੀ ਧਾਰਮਿਕ ਭਾਵਨਾ। ਜਦੋਂ ਹੁਣ SGPC, ਮੈਂ ਕਹਿਣਾ SGPC ਆਜ਼ਾਦ ਹੋਵੇ, ਮੈਂ ਖੁਦ ਮੰਨਦਾ SGPC ਬਾਦਲਾਂ ਦੇ ਪ੍ਰਭਾਵ ਥੱਲੇ ਸੀ, ਤੇ ਹੁਣ ਤੱਕ ਬੜੇ ਸਾਰਥਕ ਫੈਸਲੇ ਉਹਨਾਂ ਨੇ ਨਹੀਂ ਲਏ, ਬੜੇ ਹੀ ਹਲਕੇ, ਤੇ ਉਸ ਚੀਜ਼ ਦੀ ਜਿਹੜੀ ਰਿਸਪੈਕਟ ਹੈ ਬਣਦਾ ਮਾਣਤਾ ਉਹਨੂੰ ਢਾ ਲਾਉਣ ਵਾਲੇ ਫੈਸਲੇ ਲਏ ਗਏ ਨੇ ਹੁਣ ਤੱਕ ਦੇ, ਜਿਹਦੇ ਖੁਲਾਸੇ ਬੀਬੀ ਜਗੀਰ ਕੌਰ ਤੇ ਹੁਣ ਜਿਹੜੇ SGPC ਦੇ ਬੜੇ ਮੈਂਬਰ ਉਹਨਾਂ ਨੇ ਕਰਤੇ। ਤਾਂ ਹੁਣ ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਵੀ ਇਹਦੀਆਂ ਜਦੋਂ ਇਲੈਕਸ਼ਨਾਂ ਹੋਣਗੀਆਂ, ਹੁਣ ਹੋਣੀਆਂ ਚਾਹੀਦੀਆਂ ਨੇ ਤੇ ਹੋਣੀਆਂ ਵੀ ਆ, ਪਰ ਜਿਹੜੀ ਇਹ ਸਦਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਮਤਾ ਲਿਆ ਕੇ ਇਹਨੂੰ ਇੱਕ ਚੰਗਿਆਰੀ ਨੂੰ ਅੱਗ ਲਾਈ ਆ, ਜਦਕਿ ਉਹ ਇੱਕ ਨੌਨਸੈਂਸ ਚੀਜ਼ ਆ, ਉਹਦਾ ਕੋਈ ਫਰਕ ਨਹੀਂ ਹੈਗਾ।
ਜਦ ਤੱਕ ਉਹ ਆਰਗੇਨਾਈਜੇਸ਼ਨ ਨਹੀਂ ਮੰਨਦੀ ਤਾਂ ਉਹ ਕੋਈ ਫੈਸਲਾ ਨਹੀਂ ਹੋ ਸਕਦਾ। ਹਾਂ, ਹੁਣ ਕੱਲ ਨੂੰ ਜਦੋਂ ਉਹਦੇ ਇਲੈਕਸ਼ਨ ਹੋਣੇ ਨੇ, ਅਸੀਂ ਕੱਲ ਨੂੰ ਵੀ ਕਿਤੇ ਇਹ ਨਾ ਹੋਵੇ ਵੀ ਅਸੀਂ ਬਾਦਲ ਦੀ ਪਾਰਟੀ ਛੱਡ ਕੇ ਅਸੀਂ ਭਗਵੰਤ ਮਾਨ ਦੀ ਪਾਰਟੀ ਦੇ ਵਿੱਚ ਨੂੰ ਵੀ ਉੱਧਰ ਨੂੰ ਡੁੱਲ ਜਾਈਏ ਜਾਂ ਉਹਨਾਂ ਦੇ ਪੱਖ ਦੇ ਵਿੱਚ ਪੂਰੇ ਭੁਗਤ ਜਾਈਏ ਤੇ ਉਹਨਾਂ ਦੀ ਉੱਥੇ ਐਸ ਜੀ ਪੀ ਸੀ ਬਣ ਜਾਏ ਤੇ ਉਹ ਐਸ ਜੀ ਪੀ ਸੀ ਦੇ ਪ੍ਰਧਾਨ ਲਾਉਣ ਤੇ ਉਹ ਮੈਂਬਰ ਲਾਉਣ ਤੇ ਉਹ ਆਪਣੇ ਹਿਸਾਬ ਨਾਲ ਫੈਸਲੇ ਲੈਣ। ਜੇ ਕਿ ਇੱਕ ਆਜ਼ਾਦ ਐਸ ਜੀ ਪੀ ਸੀ ਖੜੀ ਕਰਨੀ ਸਾਡੇ ਸਮੇਂ ਦੀ ਬਹੁਤ ਲੋੜ ਹੈ। ਅੱਜ ਪੰਜਾਬ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਆਪਣੀ ਇੱਕ ਰਵਾਇਤੀ ਇੱਕ ਖੇਤਰੀ ਪਾਰਟੀ ਨਹੀਂ ਹੈਗੀ ਜਾਂ ਸੀਗੀ, ਅੱਜ ਉਹ ਨਹੀਂ ਰਹੀ, ਇੱਕ ਮਰ ਚੁੱਕੀ ਹੈ ਪਾਰਟੀ ਹੈ, ਤਾਂ ਇੱਕ ਜੇ ਤੁਸੀਂ ਨਵਾਂ ਫੇਰ ਬਦਲ ਇੱਕ ਪੰਜਾਬ ਦੇ ਵਿੱਚ ਇੱਕ ਪੰਜਾਬ ਦੇ ਹੱਕ ਦੀ ਆਵਾਜ਼ ਖੜੀ ਕਰਨੀ ਚਾਹੁੰਦੇ ਹੋ ਤਾਂ ਸਾਡੇ ਕੋਲ ਇੱਕ ਨਵਾਂ ਚਾਂਸ ਜ਼ਰੂਰ ਹੈ ਵੀ ਅਸੀਂ ਐਸ ਜੀ ਪੀ ਸੀ ਦੇ ਵਿੱਚ ਇੱਦਾਂ ਦੇ ਨੁਮਾਇੰਦਿਆਂ ਨੂੰ ਭੇਜੀਏ ਜਾਂ ਇੱਕ ਇੱਦਾਂ ਦੇ ਪ੍ਰਧਾਨ ਜਾਂ ਸਿਸਟਮ ਨੂੰ ਖੜਾ ਕਰੀਏ ਜਿਹੜਾ ਉੱਥੇ ਜਿਹੜਾ ਉੱਥੇ ਪ੍ਰਬੰਧ ਹੈ, ਉੱਥੇ ਦੀ ਜਿਹੜੀ ਇਨਕਮ ਹੈ ਉਹਨੂੰ ਐਜੂਕੇਸ਼ਨ ਜਾਂ ਉਹਨੂੰ ਪੰਜਾਬ ਦੇ ਨੌਜਵਾਨੀ ਦੀ ਬਿਹਤਰੀ ਦੇ ਲਈ ਉਸ ਚੀਜ਼ ਦਾ ਇਸਤੇਮਾਲ ਕਰ ਸਕੀਏ। ਦੋਸਤੋ, ਤਾਂ ਅੱਜ ਦੀ ਟਾਕ ਦੇ ਵਿੱਚ ਪਲੀਜ਼ ਇੰਨਾ ਕੀ, ਤਾਂ ਉਮੀਦ ਕਰਦਾ ਤੁਹਾਨੂੰ ਮੇਰੀ ਟਾਕ ਵਧੀਆ ਲੱਗੀ ਹੋਊਗੀ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਜਿਹੜਾ ਸੁਝਾਅ ਹੋਇਆ ਤਾਂ ਤੁਸੀਂ ਮੈਨੂੰ ਬਾਏ ਮੈਸੇਜ ਮੇਰੇ ਫੇਸਬੁੱਕ ਪੇਜ ਦੇ ਜਾਂ ਕਿਸੇ ਵੀ ਰੇਡੀਓ ਸਪਾਈਸ ਦੇ ਚੱਲਦੇ ਪ੍ਰੋਗਰਾਮ ਦੇ ਥੱਲੇ ਕਮੈਂਟ ਕਰਕੇ ਭੇਜ ਸਕਦੇ ਹੋ। ਹੋਰ ਇਨਫੋਰਮੇਸ਼ਨ ਦੇ ਵਿੱਚ ਉਮੀਦ ਕਰਦੇ ਹਾਂ, ਅਸੀਂ ਔਕਲੈਂਡ ਤਾਂ ਪੰਜਾਬ ਦੇ ਵਿੱਚ ਗਰਾਊਂਡ ਰਿਪੋਰਟ ਦੇ ਵਿੱਚ ਅਸੀਂ ਇਨਫੋਰਮੇਸ਼ਨ ਤੁਹਾਨੂੰ ਚਾਹੁੰਦੇ ਹਾਂ, ਰਿਕੁਆਇਰਡ ਹੈ। ਜੇ ਤੁਸੀਂ ਸਾਨੂੰ ਭੇਜ ਸਕਦੇ ਹੋ ਸਾਡੀ ਵੀ ਨੌਲੇਜ 'ਚ ਵਾਧਾ ਕਰੋ ਤਾਂ ਅਸੀਂ ਉਹਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਦੋਸਤੋ, ਤਾਂ ਪਲੀਜ਼ ਰੀਅਲ ਓਪੋਜੀਸ਼ਨ, ਲੋਕਾਂ ਨੂੰ ਆਪਣਾ ਹੱਕ ਆਪਣੀ ਆਵਾਜ਼ ਜ਼ਰੂਰ ਪਛਾਣਨ ਦੀ ਲੋੜ ਹੈ। ਇਹ ਵੋਟਾਂ ਵੇਲੇ ਹੀ ਨਹੀਂ ਹੁੰਦੀ, ਵੋਟ ਪਾਉਣਾ ਤੁਹਾਡਾ ਇੱਕ ਫੈਸਲਾ ਹੁੰਦਾ ਪਰ ਉਸ ਫੈਸਲੇ ਦੇ ਉੱਤੇ ਪਹਿਰਾ ਤੁਸੀਂ ਅਗਲੇ 5 ਸਾਲ ਦੇਣਾ ਹੁੰਦਾ। ਦੋਸਤੋ, ਤਾਂ ਉਮੀਦ ਕਰਦਾ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਜਾਗਰੂਕ ਰੱਖੋਗੇ। ਜੋ ਸੋਸ਼ਲ ਮੀਡੀਆ ਤੇ ਇਸ ਚੈਨਲਾਂ ਦੇ ਸਿਸਟਮ ਦੇ ਤਰੀਕੇ ਤੁਹਾਨੂੰ ਪਰੋਸਿਆ ਜਾਂਦਾ ਉਹਨੂੰ ਆਪਣੇ ਮਾਇੰਡ ਦੇ ਵਿੱਚ ਐਨਾਲਾਈਜ਼ ਕਰਿਆ ਕਰੋ, ਫਿਰ ਉਸਦੇ ਉੱਤੇ ਡਿਸੀਜਨ ਬਣਾਇਆ ਕਰੋ, ਫਿਰ ਉਹਦੇ ਹੱਕ ਤੇ ਵਿਰੋਧ ਦੇ ਵਿੱਚ ਬੋਲਿਆ ਵੀ ਕਰੋ। ਤਾਂ ਜਿੰਨੇ ਵੀ ਫੇਸਬੁੱਕ ਜਾਂ ਇਸ ਪਲੈਟਫਾਰਮ ਨੂੰ ਯੂਜ਼ ਕਰਦੇ ਆ, ਸੁਣਦੇ ਆ, ਬੋਲਦੇ ਆ, ਉਮੀਦ ਕਰਦਾ ਉਹ ਆਪਣਾ ਫਰਜ਼ ਇਸ ਚੀਜ਼ ਨੂੰ ਸਮਝ ਕੇ ਜ਼ਰੂਰ ਨਿਭਾਉਣਗੇ। ਤਾਂ ਮਿਲਦੇ ਆ ਦੋਸਤੋ ਅਗਲੇ ਹਫ਼ਤੇ ਇੱਕ ਨਵੀਂ ਚਰਚਾ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।